ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਸਭ ਤੋਂ ਮਹੱਤਵਪੂਰਨ ਮੰਨੇ ਜਾਂਦੀ ਪੰਜਾਬੀ ਬਾਗਵਾੜ ਨੰਬਰ 9 ਦੀ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਦਰਜ ਕੀਤੀ ਹੈ ਤੇ ਸਿਰਸਾ ਨੇ ਪੰਜਾਬੀ ਬਾਗ ਸੀਟ ਤੇ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਰਾਰੀ ਹਾਰ ਦਿੱਤੀ ਹੈ ਪਹਿਲਾਂ ਦੁਪਹਿਰ ਤੱਕ ਗਿਣਤੀ ਦੌਰਾਨ ਸਰਨਾ ਮਹਿਜ਼ 28 ਵੋਟਾਂ ਨਾਲ ਅੱਗੇ ਚੱਲ ਰਹੇ ਸਨ ਪਰ ਬਾਅਦ ਵਿੱਚ ਗਿਣਤੀ ਖਤਮ ਹੋਣ ਤੱਕ ਉਹਨਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਸਿਰਸਾ ਦੇ ਹੱਥੋਂ ਦੂਜੀ ਵਾਰ 475 ਵੋਟਾਂ ਦੇ ਫਰਕ ਨਾਲ ਹਾਰ ਦਾ ਮੁਕ ਦੇਖਣਾ ਪਿਆ